ਜੀ ਜੀ ਸਾਰਾ ਮੇਰੇ ਬਲ ਪਰ ਪੇ 700 ਕਾਲ ਤੇ ਮੈਂ ਤੁਹਾਡਾ ਆਪਣਾ ਜਿੰਮੀ ਇੱਕ ਵਾਰੀ ਫੇਰ ਤੁਹਾਨੂੰ ਕਿ ਕਰੋਨਾ ਵਾਇਰਸ ਪਾਸਪੋਰਟਿੰਗ ਕੋਈ ਤੇ ਇਮੀਗ੍ਰੇਸ਼ਨ ਦੇ ਅਪਡੇਟ ਲੈ ਕੇ ਆਇਆ ਜੀ ਆਸ ਕਰਦਾ ਤੁਸੀਂ ਠੀਕ ਹੋਵੋਗੇ ਆਪਣਾ ਖਿਆਲ ਰੱਖ ਰਹੇ ਹੋਵੋਗੇ ਜੀ ਤੇ ਮੈਂ ਇੱਕ ਪਹਿਲੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਵੀ ਮੈਂ ਇਹੀ ਖਬਰ ਦਿੱਤੀ ਸੀਗੀ ਲੇਕਿਨ ਉਦੋਂ ਨਿਊਜ਼ ਥੋੜੀ ਅਪਡੇਟ ਨਹੀਂ ਸੀਗੀ ਹੁਣ ਕੁਝ ਕਿ ਨਵੀਆਂ ਖਬਰਾਂ ਆਈਆਂ ਨੇ ਇਮੀਗ੍ਰੇਸ਼ਨ ਦੇ ਅਕੋਰਡਿੰਗ ਤੇ ਉਹ ਮੈਂ ਤੁਹਾਨੂੰ ਅੱਗੇ-ਅੱਗੇ ਦੱਸਾਂਗਾ ਕਿੱਦਾਂ-ਕਿੱਦਾਂ ਆ ਤੇ ਸ਼ੁਰੂ ਕਰਦੇ ਆ ਜੀ ਪੂਰੀ ਦੁਨੀਆ ਦੇ ਅਪਡੇਟ ਤੋਂ 62,10,300 663 ਸੋਰੀ ਕੇਸ ਹੋ ਚੁਕੇ ਨੇ ਟੋਟਲ ਜੀ ਅਜੇ ਤੱਕ 372103 ਦੀ ਡੈਥ ਹੋ ਚੁਕੀ ਹੈ ਇੰਨਾ ਕੇਸਾਂ ਵਿੱਚੋਂ ਤੇ ਜਿਹੜੇ ਠੀਕ ਹੋਏ ਨੇ ਉਹਨੇ 27 ਲੱਖ 70500 ਤੇ 29 ਇਹ ਜਿਹਨੇ ਟੋਟਲ ਕੇਸ ਨੇ ਜੀ ਇੰਨਾ ਟੋਟਲ ਕੇਸਾਂ ਵਿੱਚੋਂ ਜਿਹੜੇ ਐਕਟਿਵ ਕੇਸ ਨੇ ਉਹਨਾਂ ਦੀ ਗਿਣਤੀ ਹੈਗੀ ਹੈ ਜੀ 30 ਲੱਖ 68031 ਜਿਹਦੇ ਵਿੱਚੋਂ 30,114,569 ਜਿਹੜੇ ਨੇ ਉਹ ਮਾਈਲ ਕੰਡੀਸ਼ਨ ਵਿੱਚ ਨੇ ਤੇ 53,462 ਕ੍ਰਿਟੀਕਲ ਹਾਲਾਤ ਵਿੱਚ ਨੇ 31,42632 ਕਲੋਜ਼ਡ ਕੇਸ ਨੇ ਜਿਹਦੇ ਵਿੱਚ ਮਾਰੇ ਹੋਏ ਤੇ ਜਿਹੜਾ ਠੀਕ ਹੋਏ ਨੇ ਉਹ ਆਉਂਦੇ ਨੇ ਦੁਨੀਆ ਦੀ ਜਿਹੜੇ ਸਭ ਤੋਂ ਨੰਬਰ ਤੇ ਪਹਿਲੇ ਤੇ ਕੇ ਦੇ ਇਸ਼ਾਰੇ ਆ ਉਹ ਹੈਗਾ ਜੀ ਆਪਣਾ ਯੂ ਐਸ ਏ ਜਿੱਥੇ ਕੀ 18,24,168 ਕੇਸ ਹੋ ਚੁੱਕੇ ਨੇ ਅੱਜ ਜਿਹੜੇ ਸ਼ਾਮ ਦੇ 6 ਵਜੇ ਤੇ ਇਟਲੀ ਦੇ ਹਿਸਾਬ ਨਾਲ 7348 ਕੇਸ ਨਵੇਂ ਆਏ ਨੇ ਤੇ 127 ਡੈਥ ਹੋਈ ਅੱਜ ਦੂਜੇ ਨੰਬਰ ਤੇ ਆਪਣਾ ਬ੍ਰਾਜ਼ੀਲ ਆ ਗਿਆ ਜੀ ਬ੍ਰਾਜ਼ੀਲ ਚ ਬਹੁਤ ਹਾਲਾਤ ਮਾੜੇ ਹੋ ਰਹੇ ਨੇ ਤੇ ਆਪਣੇ ਇੰਡੀਆ ਵਿੱਚ ਵੀ ਜੀ ਕੇਸ ਬਹੁਤ ਵਧ ਰਹੇ ਨੇ ਲੋਕਡਾਉਨ ਉੱਥੇ ਖੁੱਲ ਗਿਆ ਹੋਇਆ ਲੋਕਾਂ ਨੇ ਲੋਕਡਾਉਨ ਖਲਾਤਾ ਆ ਉੱਥੇ ਵੀ ਅੱਜ 8709 ਨਵੇਂ ਕੇਸ ਆਏ ਨੇ ਤੇ 221 ਦੀ ਡੈਥ ਹੋਈ ਹੈ ਜੀ ਤੇ ਆਸ ਕਰਦੇ ਆ ਕਿ ਉੱਥੇ ਹਾਲਾਤ ਸੁਧਰ ਜਾਣ ਨਹੀਂ ਤਾਂ ਬਹੁਤ ਬੁਰਾ ਹੋਊਗਾ ਪਾਕਿਸਤਾਨ ਆਪਣੇ ਗੁਆਂਢੀ ਦੇਸ਼ ਵਿੱਚ ਵੀ ਜੀ ਅੱਜ 3039 ਕੇਸ ਆਏ ਨੇ 85 ਨਵੇਂ ਡੈਥ ਹੋ ਚੁੱਕੀ ਹੈ ਜੀ ਉੱਥੇ ਵੀ ਤੇ ਹੁਣ ਗੱਲ ਕਰਾਂਗੇ ਜੀ ਆਪਣੇ ਇਟਲੀ ਦੀ ਇਟਲੀ ਵਿੱਚ ਅੱਜ ਜਿਹੜੇ ਟੋਟਲ ਕੇਸ ਹੋ ਚੁੱਕੇ ਨੇ ਉਹ 232997 ਹੋ ਚੁੱਕੇ ਨੇ ਜੀ ਜਿਹੜੇ ਨਵੇਂ ਬਿਮਾਰ ਹੋਏ ਨੇ ਉਹ 333 ਨੇ 157507 ਟੋਟਲ ਠੀਕ ਹੋਏ ਨੇ ਤੇ 1874 ਅੱਜ ਠੀਕ ਹੋਏ ਨੇ ਇਹਨਾਂ ਟੋਟਲ ਕੇਸਾਂ ਵਿੱਚੋਂ ਤੇ 33415 ਦੀ ਡੈਥ ਹੋ ਚੁੱਕੀ ਹੈ ਅੱਜ 75 ਜਾਨਾਂ ਦੀ ਡੈਥ ਹੋਈ ਹੈ ਕੱਲ ਨਾਲੋਂ ਥੋੜੇ ਘਟ ਨੇ ਤੇ ਇਹ ਨੰਬਰ ਘਟਣਾ ਚਾਹੀਦਾ 0.50 ਹੋਵੇ ਤਾਂ ਬਹੁਤ ਵਧੀਆ ਤੇ ਜਿਹੜੇ ਜਿਹੜੇ ਠੀਕ ਹੋਣ ਵਾਲਾ ਨੰਬਰ ਉਹ ਵਧਣਾ ਚਾਹੀਦਾ 42075 ਅੱਜ ਡੇਟ ਵਿੱਚ ਐਕਟਿਵ ਕੇਸ ਨੇ ਕੱਲ ਨਾਲੋਂ ਸੌਲਾ ਸੌਲਾ ਘਟਨੇ। ਸੁਬਿਆਂ ਦਿਨ ਗੱਲ ਕਰੀਏ ਜੀ ਤੇ ਤੁਹਾਨੂੰ ਮੈਸੇਜ ਟ੍ਰਾਂਸਲੇਟ ਹੀ ਕਰਾਂਗਾ ਡੇਲੀ ਦੇ ਨਾਲ। ਰਿਕੋਵਰੀ ਰੇਟੇ ਕੋਨ ਸਿੰਤਮੀ ਦਾ ਮਤਲਬ ਹੈਗਾ ਜੀ ਜਿਹੜੇ ਕੀ ਹਸਪੀਟਲ ਵਿੱਚ ਦਾਖਲ ਨੇ, ਥੈਰੇਪੀ ਇੰਟੈਂਸਿਵ ਜਿਹੜੇ ਕ੍ਰਿਟੀਕਲ ਹਾਲਾਤ ਵਿੱਚ ਨੇ। ਈਜ਼ੋਲੇਮੈਂਟ ਤੋਂ ਤੁਸੀਂ ਚ ਆ ਰਹੇ ਮਤਲਬ ਕਿ ਜਿਹੜੇ ਘਰ ਵਿੱਚ ਇਲਾਜ ਕਰਾ ਰਹੇ ਨੇ। ਤੋਂ ਤਾਲੀ ਤੋਂ ਮੈਂ ਤੇ ਪੋਜ਼ਿਟਿਵ ਜਿੰਨੇ ਅੱਜ ਦੇ 1:30 ਐਕਟਿਵ ਕੇਸ ਨੇ ਇਹਨਾਂ ਸੁਬਿਆਂ ਵਿੱਚ। ਜਿੰਨੇ ਮੇਸੀ ਜਿੰਨੇ ਠੀਕ ਹੋ ਚੁੱਕੇ ਨੇ, ਦੇਚੇ ਦੋ ਤੇ ਜਿੰਨੇ ਡੈਥ ਹੋ ਚੁੱਕੀ ਹੈ ਕਾਜ਼ੀ 43 ਜਿੰਨੇ ਅੱਜ ਇਨਕ੍ਰੀਮੈਂਟੋ ਕਾਜ਼ੀ ਤੋਂ ਤੜੀ ਜਿੰਨਾ ਅੱਜ ਕੇਸਾਂ ਵਿੱਚ ਵਧਦਾ ਪਿਆ ਜੀ ਤੰਪੋਣੀ ਜਿੰਨੇ ਅੱਜ ਤੱਕ ਟੈਸਟ ਹੋਏ ਨੇ ਤੇ ਕਾਜ਼ੀ ਤੇ ਸਤਾਤੀ ਮਦਰ ਜਿੰਨੇ ਅੱਜ ਕੇਸ ਅੱਜ ਤੱਕ ਕੇਸ ਕਨਫਰਮ ਹੋਏ ਨੇ ਇਨ੍ਹਾਂ ਸੂਬਿਆਂ ਵਿੱਚ ਤੇ ਹੁਣ ਜੀ ਤੁਹਾਡੇ ਸਾਹਮਣੇ ਸੂਬਿਆਂ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੀ ਡਿਟੇਲ ਆ ਰਹੀ ਹੈ ਕਿੰਨੇ-ਕਿੰਨੇ ਕੇਸ ਇੱਥੇ ਆਏ ਨੇ ਅੱਜ ਤੱਕ ਤੇ ਜਿੰਦ ਤੱਕ ਤੁਸੀਂ ਇਹ ਦੇਖ ਰਹੇ ਹੋ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਮੈਂ ਟਿਕਟੋਕ ਦੇ ਵੀ ਡੇਲੀ ਵੀਡੀਓ ਪਾਉਂਦਾ ਹੁੰਦਾ ਹਾਂ ਜੀ ਟਿਕਟੋਕ ਤੇ ਮੇਰੇ ਕੋਲ ਜ਼ਿਆਦਾ ਪੈ ਜਾਂਦੀ ਹੈ YouTube ਤੇ ਮੇਰੇ ਕੋਲ ਨਹੀਂ ਪੈਂਦੀ ਕਿਉਂਕਿ ਸਵੇਰੇ ਕੰਮ ਤੇ ਸ਼ਾਮ ਨੂੰ ਜਿਮ ਤੇ ਵੀਡੀਓ ਨਹੀਂ ਪਾ ਹੁੰਦੀ ਤੇ ਆਪਣੇ YouTube ਤੇ ਤੇ ਜਿਹੜੀ ਅੱਜ ਮੈਂ ਤੁਹਾਨੂੰ ਇਨਫੋਰਮੇਸ਼ਨ ਦਵਾਂਗਾ ਆਪਣੇ ਪਾਸਵਰਡ ਦੀ ਇਨਕੁਆਇਰੀ ਜਾਂ ਇਮੀਗ੍ਰੇਸ਼ਨ ਦੀ ਉਹਨਾਂ ਦੇ ਜਿਹੜੇ ਅਫੀਸ਼ੀਅਲ ਲਿੰਕ ਨੇ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਵਾਂਗਾ ਤੇ ਤੁਸੀਂ ਉਹ ਉੱਥੋਂ ਉਹ ਲਿੰਕ ਡਾਊਨਲੋਡ ਕਰਕੇ ਡਾਊਨਲੋਡ ਸੋਰੀ ਓਪਨ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਹੋਰ ਵੀ ਤੁਸੀਂ ਕੁਝ ਪੁੱਛਣਾ ਹੋਵੇ ਜੋ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ ਮੈਨੂੰ Instagram ਤੇ ਮੈਸੇਜ ਕਰਿਓ ਜੀ ਕਮੈਂਟ ਬਾਕਸ ਵਿੱਚ ਮੇਰੇ ਕੋਲ ਥੋੜਾ ਔਖਾ ਜਾਂਦਾ ਮੈਸੇਜ ਰਿਪਲਾਈ ਕਰਨਾ ਲੇਕਿਨ ਮੈਂ ਰਿਪਲਾਈ ਕਰਦਾ ਹੁਣਾ ਤੇ ਹੁਣ ਮੈਂ ਤੁਹਾਨੂੰ ਪਾਸਵਰਡ ਬਾਰੇ ਦੱਸਦਾ ਜੀ ਮੈਂ ਪਹਿਲੇ ਵੀ ਵੀਡੀਓ ਪਾਈ ਸੀਗੀ ਤੇ ਇਸ ਵਾਰ ਵੀ ਮੈਂ ਸੇਮ ਹੀ ਗੱਲ ਦੱਸਾਂਗਾ ਕਿ ਪਾਸਵਰਡ ਆਪਣੇ ਜਿਹੜੇ ਰੋਮ ਐਮਬੈਸੀ ਨੇ ਉਹਨਾਂ ਨੇ ਵਲੰਟੀਅਰ ਤਿਆਰ ਕੀਤੇ ਨੇ ਤੇ ਮਿਲਾਨ ਐਮਬੈਸੀ ਬਾਇ ਪੋਸਟ ਕਰ ਰਹੀ ਆ ਤੇ ਤੁਸੀਂ ਜਿਹੜੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾਏ ਨੇ ਉਹ ਓਪਨ ਕਰਨੇ ਨੇ ਜਿੰਨੇ ਵੀ ਉਹਦੇ ਵਿੱਚ ਪੰਜਾਬੀ ਇੰਗਲਿਸ਼ ਹਿੰਦੀ ਟਰਾਂਸਲੇਟ ਕੀਤੀ ਹੋਈ ਹੈ ਸਾਰੇ ਇਨਫੋਰਮੇਸ਼ਨ ਦਿੱਤੀ ਹੋਈ ਆ ਤੇ ਜਿਹੜਾ ਤੁਸੀਂ ਪੇਜ ਖੋਲੋਗੇ ਪੰਜਾਬੀ ਵਿੱਚ ਖੋਲੋਗੇ ਇੰਗਲਿਸ਼ ਵਿੱਚ ਖੋਲੋਗੇ ਹਿੰਦੀ ਵਿੱਚ ਖੋਲੋਗੇ ਉਸ ਪੇਜ ਵਿੱਚ ਹੀ ਸਾਰੇ ਲਿੰਕ ਦਿੱਤੇ ਹੋਏ ਨੇ ਜਿਹੜੇ ਡਾਕੂਮੈਂਟ ਚਾਹੀਦੇ ਨੇ ਤੇ ਆ ਤੁਹਾਡੇ ਸਾਹਮਣੇ ਨੰਬਰ ਵੀ ਆ ਰਹੇ ਨੇ ਜੇ ਈਮੇਲ ਵੀ ਆ ਰਹੀ ਜੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਹੁਣ ਕਰਦੇ ਹਾਂ ਜੀ ਮੇਨ ਗੱਲ ਇਮੀਗ੍ਰੇਸ਼ਨ ਦੀ ਜਿਹੜੀ ਨਵੀਂ ਨਿਊਜ਼ ਅੱਜ ਆਈ ਹੈ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਇੱਥੇ ਇਟਲੀ ਵਿੱਚ ਇਮੀਗ੍ਰੇਸ਼ਨ ਖੁੱਲ ਰਹੀ ਹੈ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਠੀਕ ਹੈ ਜੀ ਤੁਹਾਡੇ ਸਾਹਮਣੇ ਲਿਖਿਆ ਹੋਇਆ ਇਹ ਅਫੀਸ਼ੀਅਲ ਸਾਈਟ ਆ ਮਿਨਿਸਟਰ ਅਦਲਿੰਤੇਰੋਦੀ ਕੋਈ ਤੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ ਦੋ ਮੰਨਦੇ ਹੋਣਗੇ ਜੀ ਆ ਤੁਹਾਡੇ ਸਾਹਮਣੇ ਲਿਖਿਆ ਹੋਇਆ ਬਾਕੀ ਆ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਪਾਉਂਗਾ ਮੈਂ ਤੁਸੀਂ ਆਪ ਇਹਨੂੰ ਟਰਾਂਸਲੇਟ ਕਰਕੇ ਪੜ੍ਹ ਸਕਦੇ ਹੋ ਬਾਕੀ ਮੈਂ ਜਿੰਨਾ ਟਰਾਂਸਲੇਟ ਕਰ ਸਕਦਾ ਤੁਹਾਨੂੰ ਕਰਾਂਗਾ ਜੇ ਤੁਹਾਨੂੰ ਪਤਾ ਹੈ ਜੀ ਦੋ ਟੰਗਣਾ ਬੰਦੇ ਪੱਕੇ ਹੋਣਗੇ ਜਿਨ੍ਹਾਂ ਕੋਈ ਸਜੋਨ ਕਦੀ ਨਹੀਂ ਮਿਲੀ ਲੇਕਿਨ ਲੌਂਗ ਟਾਈਮ ਤੋਂ ਇਟਲੀ ਵਿੱਚ ਰਹਿ ਰਹੇ ਨੇ 8 ਮਾਰਚ ਤੋਂ ਪਹਿਲਾਂ ਦੇ ਉਹ ਮਾਲਕ ਦੇ ਥਰੂ ਪੇਪਰ ਭਰਾ ਸਕਦੇ ਨੇ ਤੇ ਜਿਨ੍ਹਾਂ ਦੀ ਸਜੋਰ ਨੂੰ 31 ਅਕਤੂਬਰ 2019 ਤੋਂ ਬਾਅਦ ਖਤਮ ਹੋਈ ਹੈ ਉਹ ਇੱਕ ਟੈਂਪੋਰਰੀ ਸਜੋਰਨੋ ਲੈ ਸਕਦੇ ਨੇ 6 ਮਹੀਨਿਆਂ ਦੀ ਤੇ ਜਿਹੜੇ ਸੈਕਟਰ ਖੇਤਰ ਵਿੱਚ ਇਹ ਦਮੰਦਾ ਹੋਊਗਾ ਮਤਲਬ ਕੀ ਸਾਰੇ ਖੇਤਰ ਨਹੀਂ ਕਰ ਸਕਦੇ ਫੈਕਟਰੀਆਂ ਵਾਲੇ ਨਹੀਂ ਕਰ ਸਕਦੇ ਸਿਰਫ ਐਗਰੀਕਲਚਰ ਕੇਅਰ ਟੇਕਰ ਤੇ ਡੋਮੈਸਟਿਕ ਜਿਹੜੇ ਕੰਮ ਕਰਦੇ ਨੇ ਉਹ ਹੀ ਕਰ ਸਕਦੇ ਨੇ ਤੇ ਐਗਰੀਕਲਚਰ ਵਿੱਚ ਜਿੰਨੇ ਵੀ ਜਿਹੜੇ ਐਗਰੀਕਲਚਰ ਨਾਲ ਕੰਟੈਕਟ ਕਨੈਕਟਡ ਜਿੰਨੀਆਂ ਵੀ ਖੇਤਰ ਨੇ ਉਹ ਸਾਰੇ ਕਰ ਸਕਦੇ ਨੇ ਦਮੰਦੇ ਤੇ ਜਿਹੜਾ ਪਹਿਲਾ ਪ੍ਰੋਸੀਜਰ ਹੈ ਜਿਹੜਾ ਮਤਲਬ ਕੀ ਮਾਲਕ ਨਹੀਂ ਕਰਨਾ ਆ ਆ ਤੁਹਾਡੇ ਸਾਹਮਣੇ ਆ ਰਿਹਾ ਜੀ ਮੈਨੂੰ ਕੁੱਦ ਦਾ ਵੀ ਪੁੱਛਿਆ ਸੀ ਕਿਸੇ ਨੇ ਤੇ ਕਈ ਜਨੇ ਮੇਰੇ ਤੇ ਕੱਲ ਤੇ ਯਕੀਨ ਨਹੀਂ ਕੀਤਾ ਔਰ ਉਥੇ ਅਫੀਸ਼ੀਅਲ ਨਿਊਜ਼ ਆ ਰਹੀ ਹੈ ਜੀ ਤੁਹਾਡੇ ਸਾਹਮਣੇ ਆ ਕਿ ਜੇ ਮਾਲਕ ਨੇ ਭਰਨੇ ਆ ਜੀ ਸਪੋਰਟੇਲੋ ਓਨਿਕੋ ਵਿੱਚ ਭਰਨੇ ਆ ਲੇਕਿਨ ਦਮੰਦਾ ਆਨਲਾਈਨ ਹੋਊਗਾ ਜਾਂ ਕਿਸੇ ਪਤਰੋਨਾਤਕੋ ਹੋਊਗਾ ਸਾਰੇ ਲਿੰਕ ਇਸ ਖਬਰ ਵਿੱਚ ਹੈਗੇ ਨੇ ਤੁਸੀਂ ਜੋ ਲਿੰਕ ਖੋਲੋਗੇ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ 30000 ਚਾਹੀਦੀ ਹੈ ਜੇ ਕਿਸੇ ਦਿੱਤੇ ਵਾਲੇ ਨੇ ਕਰਨਾ ਵੱਡੇ ਦਿੱਤੇ ਵਾਲੇ ਨੇ ਐਗਰੀਕਲਚਰ ਵਾਲੇ ਉਹਨੂੰ 30000 ਮਿਨੀਮਮ ਕੁੱਦ ਚਾਹੀਦੀ ਹੈ ਜੀ ਇੱਕ ਬੰਦੇ ਦਾ ਦਮੰਦਾ ਕਰਨ ਲਈ ਜੇ ਜੇ ਡੋਮੈਸਟਿਕ ਪੇਪਰ ਭਰੋਣੇ ਨੇ ਜੇ ਘਰ ਚ ਜਿਹਨੇ ਜਿਹੜੇ ਬੰਦੇ ਨੇ ਪੇਪਰ ਭਰਨੇ ਨੇ ਉਹ ਕੱਲਾ ਰਹਿੰਦਾ ਆ ਉਹਦੀ 20000 ਚਾਹੀਦੀ ਆ ਮਤਲਬ ਜੇ ਫੈਮਿਲੀ ਨਾਲ ਰਹਿੰਦਾ ਆ ਤੇ ਉਹਨੂੰ ਮਿਨੀਮਮ ਕੁਦ ਜਿਹੜੀ ਆ ਉਹ 27000 ਚਾਹੀਦੀ ਆ ਇੱਕ ਬੰਦੇ ਦਾ ਕੁੰਤਰਾਤੋਂ ਕਰਨ ਲਈ ਤੇਜੀ ਤੋਂ ਡਾਕੋ ਪ੍ਰੂਫ ਹੋਣਾ ਚਾਹੀਦਾ ਆ ਕਿ ਤੁਸੀਂ 8 ਮਾਰਚ 2020 ਤੋਂ ਪਹਿਲੇ ਦੇ ਇਟਰੀ ਵਿੱਚ ਰਹ ਰਹੇ ਹੋ ਕੋਈ ਵੀ ਪ੍ਰੂਫ ਚੱਲੂਗਾ ਤੇ ਪਹਿਲੇ ਜਿਦਾਂ ਕਿ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਕਿ ਜਿਹੜੇ ਦੁਮੰਦੇ ਨੇ 1 ਜੁਲਾਈ ਤੋਂ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਹੋਣਗੇ ਤੇ ਆਨਲਾਈਨ ਹੋਣਗੇ ਮਾਲਕਾਂ ਨੇ ਜਿਹੜਿਆਂ ਨੇ ਕਰਨੇ ਨੇ nulaosta.nulaosta.eurodotdlci.interno.it ਇਸ ਸਾਈਟ ਤੇ ਜਾ ਕੇ ਦਮਾnde ਹੋਣਗੇ ਤੇ 500 ਯੂਰੋ ਦੀ ਜਿਹੜੀ ਕੰਟਰੀਬੂਤੀ ਆ ਉਹ ਤੁਸੀਂ ਐਫ ਐ ਬੈਂਕ ਤੇ ਕਾਟਰ ਚ ਭਰਨੀ ਆ ਮਾਲਕ ਨਹੀਂ ਹੀ ਭਰਨੀ ਆ ਉਹ ਭਰ ਕੇ ਫਿਰ ਤੁਹਾਨੂੰ ਜਿਹੜਾ ਸਪੋਰਟ ਤੇ ਜਿਹੜਾ ਇਮੀਗ੍ਰੇਸ਼ਨ ਜਿਹੜਾ ਪਰਫੇਤੂਰਾ ਆ ਉਹ ਸਾਰੇ ਜਿਨ੍ਹਾਂ ਨੂੰ ਜਿਹੜਾ ਇਨਸਪੈਕਟਰ ਵੀ ਆਣਾ ਆ ਸਾਰਿਆਂ ਦੀ ਜਦੋਂ ਕਾਰਵਾਈ ਪੂਰੀ ਹੋ ਗਈ ਫਿਰ ਤੁਹਾਨੂੰ ਜਿਹੜਾ ਪਰਫੇਤੂਰਾ ਆ ਉਹ ਬੁਲਾਊਗਾ ਤੁਹਾਨੂੰ ਤੇ ਜੇ ਤੁਹਾਡੇ ਕੋਲ ਸਪੀਡ ਆਈਡੀ ਨਹੀਂ ਹੈ ਤੁਹਾਡੇ ਮਾਲਕ ਉਹ ਫਿਰ ਕਿਸੇ ਪਾਤਰੋਨਾਥ ਕੋ ਜਾ ਕੇ ਵੀ ਕਰ ਸਕਦਾ ਹੈ ਤੇ ਜਿਨ੍ਹਾਂ ਦੀ ਸਜੋਰਨ 31 ਅਕਤੂਬਰ 2019 ਤੋਂ ਬਾਅਦ ਹੀ ਖਤਮ ਹੋਈਆ ਉਹ ਕਿਸੇ ਵੀ ਪੋਸਟ ਤੇ ਤਿਆਰੇ ਨੇ ਵਿੱਚ ਜਾ ਕੇ ਆਪਣੀ ਕਿੱਟ ਭਰ ਸਕਦੇ ਨੇ 30 ਯੂਰੋ ਸਰਵਿਸ ਦੇ ਲੱਗਣੇ ਨੇ ਉੱਥੇ ਤੇ 130 ਯੂਰੋ ਤੁਸੀਂ ਐਫਏ ਬੈਂਕ ਤੇ ਕੋਤਰ ਚ ਭਰ ਕੇ ਜਮਾ ਕਰਾਉਣੇ ਨੇ ਤੇ ਇਹ ਸਾਰੀ ਹੀ ਡਿਟੇਲ ਲਿੰਕ ਵਿੱਚ ਦਿੱਤੀ ਹੋਈ ਹੈ ਜਿਹੜੀ ਤੁਹਾਡੇ ਸਾਹਮਣੇ ਸਕਰੀਨਾਂ ਆ ਰਹੀਆਂ ਨੇ ਮੈਂ ਵੀ ਉਸੇ ਲਿੰਕ ਚੋਂ ਹੀ ਲਈਆਂ ਹੋਈਆਂ ਤੇ ਤੁਸੀਂ ਜਿੰਨੇ ਜਿਆਦਾ ਡਿਟੇਲ ਵਿੱਚ ਸਭ ਕੁਝ ਪਾਣਾ ਹੋਵੇ ਉਹ ਲਿੰਕ ਖੋਲੇ ਕਾਪੀ ਕਰੇ ਪੇਸਟ ਕਰੇ ਗੂਗਲ ਟਰਾਂਸਲੇਟਰ ਤੇ ਤੇ ਪੰਜਾਬੀ ਵਿੱਚ ਪੜੇ ਸਭ ਕੁਝ ਕਿਉਂਕਿ ਮੈਂ ਪੂਰਾ ਪੜ ਕੇ ਤੁਹਾਨੂੰ ਨਹੀਂ ਦੱਸ ਸਕਦਾ ਜੋ ਜੋ ਲਿਖਿਆ ਹੋਇਆ ਮੈਂ ਸਿਰ ਮੇਨ ਮੇਨ ਗੱਲਾਂ ਦੱਸ ਰਿਹਾ ਕਿਉਂਕਿ ਜੇ ਮੈਂ ਪੂਰਾ ਪੜ ਕੇ ਦੱਸਣ ਲੱਗ ਪਿਆ ਫਿਰ ਤੇ ਵੀਡੀਓ ਬਹੁਤ ਜਿਆਦਾ ਲੰਬੀ ਹੋਏਨੀ ਤੇ ਕਿਸੇ ਨੇ ਦੇਖੀ ਵੀ ਨਹੀਂ ਦੇਖਣੀ ਵੀ ਨਹੀਂ ਹੈਗੀ ਤੇ ਇੱਕ ਜਿਹੜਾ ਹੋਰ ਮੈਨੂੰ ਹੋਰ ਪੁੱਛਿਆ ਗਿਆ ਸੀਗਾ ਕਿ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਨੇ ਦੋਨਾਂ ਖੇਤਰਾਂ ਵਿੱਚ ਭਾਵੇਂ ਮਾਲਕ ਨੇ ਕਰਨੇ ਭਾਵੇਂ ਆਪ ਕਰਨੇ ਪੈਲੀ ਗਲ ਜੀ ਪਾਸਪੋਰਟ ਚਾਹੀਦਾ ਆ ਜੇ ਨਹੀਂ ਹੈਗਾ ਇੱਥੇ ਲਿਖਿਆ ਹੋਇਆ ਇਸ ਸਰੀਨ ਪ੍ਰੋਸੈਸਰ ਦੀ ਹੋਂ ਪਾਸਪੋਰਟ ਉਹ ਜਾਂ ਪਾਸਪੋਰਟ ਜਾਂ ਕੋਈ ਵੀ ਇੰਡੀਅਨ ਡਾਕੂਮੈਂਟ ਹੋਵੇ ਜਿਹਦੇ ਤੇ ਲਿਖਿਆ ਤੁਸੀਂ ਇੰਡੀਅਨ ਹੋ ਤੇ ਕਿੱਥੇ ਦੇਓ ਹੁਣ ਕਈ ਜਣੇ ਪੁੱਛੇ ਜੀ ਪਾਸਪੋਰਟ ਜ਼ਰੂਰੀ ਹੈ ਇੱਥੇ ਤਾਂ ਇਹਨੇ ਕਿਹਾ ਪਾਸਪੋਰਟ ਜਾਂ ਹੋਰ ਕੋਈ ਡਾਕੂਮੈਂਟ ਲੇਕਿਨ ਜੇ ਤੁਹਾਡੇ ਕੋਲ ਪਾਸਪੋਰਟ ਹੋਵੇ ਉਹ ਤੁਹਾਡੇ ਲਈ ਪਾਸਪੋਰਟ ਹੋਵੇ ਉਹ ਤੁਹਾਡੇ ਲਈ ਹੀ ਵਧੀਆ 8 ਮਾਰਚ 2020 ਤੋਂ ਪਹਿਲੇ ਤੁਸੀਂ ਇੱਥੇ ਹੋਵੋ ਉਹਦਾ ਉਹਦਾ ਪ੍ਰੂਫ ਚਾਹੀਦਾ ਆ ਤੇ ਇਹਨਾਂ ਦਿਨਾਂ ਖੇਤਰਾਂ ਵਿੱਚ ਤੁਸੀਂ ਕੰਮ ਕੀਤਾ ਹੋਵੇ ਕਦੇ ਨਾ ਕਦੇ ਠੀਕ ਹੈ ਜੀ ਐਗਰੀਕਲਚਰ ਡੋਮੈਸਟਿਕ ਜਾਂ ਟੇਕ ਕੇਅਰ ਦਾ ਕਿਤੇ ਵੀ ਕੰਮ ਕੀਤਾ ਹੋਵੇ ਤੇ ਉਹ ਚਾਹੀਦਾ ਹੈ ਤੇ ਜਿਹੜੇ ਦਮਾਉਂਦੇ ਨੇ ਜੀ ਉਹ 10 ਜੂਨ ਤੱਕ 8 ਜੂਨ ਤੱਕ ਸੋਰੀ ਅਲਫਾਬੈਟਿਕ ਦੇ ਹਿਸਾਬ ਨਾਲ ਹੋਣਗੇ ਮਤਲਬ ਕਿ ਅਲਫਾਬੈਟਿਕ ਸਰਨੇਮ ਲੈਣਗੇ ਉਹ ਏ ਪਹਿਲੇ ਦਿਨ ਏ ਬੀ ਦੂਜੇ ਦਿਨ ਬੀ ਸੀ ਡੀ ਸੀ ਇਦਾਂ ਕੁਝ ਕਰਨਗੇ ਇੱਥੇ ਸਭ ਕੁਝ ਲਿਖਿਆ ਜਿਹੜਾ ਤੁਸੀਂ ਉਹ ਰੀ ਰਿਪਾਰਤੀਸਿਓਨੇ ਪਰ ਕੋਗਨੋਮੀ ਲਿਖਿਆ ਰਾ ਉੱਥੇ ਜਦੋਂ ਕਲਿੱਕ ਕਰੋਗੇ ਤੁਹਾਨੂੰ ਸਭ ਕੁਝ ਪਤਾ ਲੱਗੂਗਾ ਕਿ ਕਿਦਾਂ ਕਿਦਾਂ ਦਮਾਉਂਦੇ ਨੇ ਕਿਹੜੇ ਕਿਹੜੇ ਸਰਨੇਮ ਦੇ ਦਮਾਉਂ ਤੇ 10 ਜੂਨ ਤੋਂ ਬਾਅਦ ਕੋਈ ਇਦਾਂ ਦੀ ਲਿਮਟ ਨਹੀਂ ਹੋਊਗੀ ਸਾਰੇ ਜਾ ਸਕਣਗੇ ਜਦੋਂ ਮਰਜੀ ਜਾ ਸਕਣਗੇ ਤੇ ਆਸ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਜੀ ਕੁਝ ਵੀ ਤੁਸੀਂ ਪੁੱਛਣਾ ਹੋਵੇ ਮੈਨੂੰ ਪੁੱਛ ਸਕਦੇ ਹੋ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਤੇ ਮੈਨੂੰ ਤੁਸੀਂ ਇੱਥੇ ਵੀ ਕਮੈਂਟ ਕਰ ਸਕਦੇ ਹੋ YouTube ਤੇ ਵੀ ਮੈਂ ਉਹਦਾ ਵੀ ਰਿਪਲਾਈ ਦੇਣ ਦਾ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਤੇ ਮੇਰੀ ਵੀਡੀਓ ਨੂੰ ਤੁਸੀਂ ਜਿੰਨਾ ਸ਼ੇਅਰ ਕਰ ਸਕਦੇ ਹੋ ਉਨਾ ਸ਼ੇਅਰ ਕਰੋ ਤਾਂ ਜੋ ਸਾਰਿਆਂ ਨੂੰ ਇਨਫੋਰਮੇਸ਼ਨ ਪਹੁੰਚ ਸਕੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤਾ ਜੋ ਮੇਰੀ ਨੈਕਸਟ ਅਪਡੇਟ ਜਦੋਂ ਵੀ ਮੈਂ ਪਾਵਾਂ ਤੁਹਾਨੂੰ ਮਿਲਦੀ ਰਹੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਤੋਂ ਕੋਈ ਵੀ ਫਾਇਦਾ ਹੁੰਦਾ ਤਾਂ ਮੈਨੂੰ ਜਰੂਰ ਦੱਸਦੇ ਕਰੋ ਕਿ ਹਾਂਜੀ ਵੀਰੇ ਤੁਹਾਡੀ ਵੀਡੀਓ ਤੋਂ ਸਾਨੂੰ ਫਾਇਦਾ ਹੋਇਆ ਕਿਉਂਕਿ ਜੇ ਤੁਸੀਂ ਦੱਸੋਗੇ ਮੈਨੂੰ ਹੋਰ ਮੋਟੀਵੇਟ ਹੋਊਗਾ ਮੋਟੀਵੇਸ਼ਨ ਮਿਲੇਗਾ ਕਿ ਮੈਂ ਹੋਰ ਵੀਡੀਓ ਪਾਵਾਂ ਮਿਲਦੇ ਜੀ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ